लुधियाना से कांग्रेस के लोकसभा सांसद रवनीत सिंह बिट्टू ने संसद में हत्याकांड के मुद्दे को उठाया। उन्होंने केंद्र सरकार से मामले में इंसाफ की अपील की है उन्होंने ये मांग की है कि मूसेवाला की हत्या में दूसरे देशों में बैठे जिन आतंकियों का हाथ है उन्हें भारत लाया जाए और पीड़ित परिवार को इंसाफ दिलाया जाए मेरे नाल सांसद रवनीत बिट्टू ने सिद्धू मूसेवाला मर्डर होया ਉਹਨਾਂ ਸਾਹਿਬ ਵਾਸਤੇ ਮਸਲਾ ਲੋਕ ਸਭਾ ਦੇ ਵਿੱਚ ਵੀ ਗੂੰਜਿਆ ਹੈ ਰੁਨੀਤ ਬਿੱਟੂ ਨੇ ਮਾਮਲਾ ਚੱਕਿਆ ਗੱਲਬਾਤ ਕਰਾਂਗੇ ਬਿੱਟੂ ਸਾਹਿਬ ਕੀ ਮਾਮਲਾ ਕਿਸ ਤਰ੍ਹਾਂ ਆਵਾਜ਼ ਚੱਕੀ ਉਸ ਨੇਤਨ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰੇ ਵੀ ਸਭ ਤੋਂ ਜਿਹੜਾ ਪੰਜਾਬ ਦੇ ਵਿੱਚ ਲੋਕੀ ਜਿਹਦੇ ਨਾਲ ਮਤਲਬ ਦਿਲੋਂ ਜੁੜੇ ਹੋਏ ਆ ਫਾਦਰ ਭਾਵੁਕ ਹੋ ਕੇ ਬੋਲਦੇ ਆ ਉਹਨਾਂ ਦੇ ਮਾਤਾ ਜੀ ਬੋਲਦੇ ਆ ਤੇ ਮੈਂ ਸਮਝਦਾ ਉਦੋਂ ਰਹਿ ਨਹੀਂ ਹੁੰਦਾ ਕਿਸੇ ਵੀ ਹਰ ਦਾ ਮਾਮਾ ਦੇ ਪੁੱਤ ਨੇ ਤੇ ਸਾਰੇ ਹੀ ਇਹ ਗੱਲ ਜੇ ਪਾਰਲੀਮੈਂਟ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿੱਥੇ ਸਾਰੇ ਪਾਰਟੀ ਦੇ ਐਮਪੀ ਬੈੰਦੇ ਆ ਸਾਰੇ ਲੀਡਰਸ ਉਹਨਾਂ ਦੇ ਕੰਨਾਂ 'ਚ ਇਹ ਗੱਲ ਜਾਣੀ ਚਾਹੀਦੀ ਆ ਵੀ ਕਿਉਂਕਿ ਸੁਣਿਆ ਸਭ ਨੇ ਆ ਜੇ ਪਾਰਲੀਮੈਂਟ 'ਚ ਅਸੀਂ ਫਿਰ ਪੰਜਾਬ ਦੇ ਐਮਪੀ ਕਾਦੇ ਹੋਏ ਜੇ ਇਹ ਗੱਲ ਵੀ ਉੱਥੇ ਨਾ ਕਰ ਸਕੇ ਕਿਸਾਨਾਂ ਦੀ ਗੱਲ ਤਾਂ ਮੈਂ ਸਭ ਤੋਂ ਪਹਿਲਾਂ ਕੀਤੀ ਸੀ ਪਰ ਮੂਸੀਵਾਲ ਸਾਹਿਬ ਦੇ ਜਦੋਂ ਮੇਰਾ ਹੋਰ ਵੀ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਜ਼ਿਆਦਾ ਲਗਾਓ ਇਸ ਕਰਕੇ ਆ ਮੇਰੀ ਸਿਸਟਰ ਆ ਜਿਹੜੀ ਉਹ ਸਰਦੂਲਗੜ੍ਹ 'ਚ ਉਸੇ ਹਲਕੇ ਦੇ ਵਿੱਚ ਬੋਫਰ ਸਾਹਿਬ ਉਹਨਾਂ ਦੇ ਘਰੇ ਮੈਰਡ ਆ ਤੇ ਉਹ ਉੱਥੋਂ ਐਮਐਲਏ ਬਾਰ-ਬਾਰ ਰਹੇ ਨੇ ਤੇ ਜਿਹੜਾ ਪਿੰਡ ਆ ਮੂਸਾ ਉਹਨਾਂ ਦੇ ਸਰਪੰਚ ਜਿਹੜੇ ਨੇ ਇਸ ਵੇਲੇ ਉਹ ਸਿੱਧੂ ਮੂਸੇ ਵਾਲੇ ਸਾਹਿਬ ਦੇ ਮਾਤਾ ਜੀ ਨੇ ਉਹ ਤਾਂ ਨਿੱਕੇ-ਨਿੱਕੇ ਗਲੀਆਂ ਨਾਲੀਆਂ ਦੇ ਕੰਮ ਲੋਕਾਂ ਦੇ ਘਰ ਬਣਾਉਣ ਤੱਕ ਪਲੇਗਰਾਉਂਡ ਬਣਾਉਣ ਤੱਕ ਜਿਮ ਮਨਾਉਣ ਤੱਕ ਹਰ ਚੀਜ਼ ਵਿਚਾਰਾ ਲੱਗਿਆ ਸੀ ਤਾਂ ਕਿਸੇ ਨੂੰ ਪਤਾ ਹੀ ਨਹੀਂ ਇਹ ਗੱਲਾਂ ਪਰ ਜਦੋਂ ਇਹ ਉਹਨਾਂ ਦੇ ਕਾਤਲ ਨੇ ਜਿਹੜੇ ਉਹ ਬੇਸ਼ੱਕ ਮਾਰੇ ਗਏ ਪਰ ਜਿਹੜੀਆਂ ਏਜੰਸੀ ਮਨਵਾਉਣ ਵਾਲੇ ਲੋਕ ਸੀ ਉਹ ਬਹੁਤ ਦੇਸ਼ਾਂ 'ਚ ਬੈਠੇ ਆ ਤੇ ਪੰਜਾਬ ਪੁਲਿਸ ਤਾਂ ਕਰ ਹੀ ਰਹੀ ਆ ਜਿਹੜਾ ਕੁਝ ਕਰ ਰਹੀ ਆ ਪਰ ਜਿੰਨਾ ਚਿਰ ਉਰੇ ਹੋਮ ਮਿਨਿਸਟਰੀ ਜਿਹੜੀ ਜਾਂ ਐਕਸਟਰਨਲ ਅਫੇਅਰ ਮਿਨਿਸਟਰੀ ਉਹਨਾਂ ਦੇ ਗੱਲਾਂ ਕਰਨਾਂ ਚ ਨਾ ਜਾਂਦੀਆਂ ਤਾਂ ਉਹਨਾਂ ਚਿਰ ਇਹ ਗੱਲ ਬਣਨੀ ਨਹੀਂ ਕਿਉਂਕਿ ਉਹ ਬਹੁਤ ਦੇਸ਼ਾਂ ਦੇ ਵਿੱਚ ਬੈਠੇ ਆ ਤੇ ਉਹ ਰੋਜ਼ ਕੋਈ ਨਾ ਕੋਈ ਨਵੀਂ ਪਲੈਨਿੰਗ ਕਰ ਰਹੇ ਆ ਉਹਨਾਂ ਦਾ ਇੱਕ ਤਾਂ ਨੌ ਹੋ ਗਿਆ ਉਹ ਹੁਣ ਓਦੋਂ ਵੱਧ ਕੱਲਾ ਗੈਂਗਸਟਰ ਵਾਲੀ ਗੱਲ ਨਹੀਂ ਰਹੀ ਉਹ ਤਾਂ ਐਵੇਂ ਹੀ ਗੱਲਾਂ ਨੇ ਉਹ ਬਹੁਤ ਵੱਡਾ ਇੱਕ ਰੂਪ ਟੈਰਰਿਸਟ ਜਿਹੜੇ ਆਰਗੇਨਾਈਜੇਸ਼ਨ ਦਾ ਰੂਪ ਧਾਰ ਲਿਆ ਉਹ ਉਹਦਾ ਨਾਮ ਕੁਛ ਵੀ ਦੇ ਦिए ਜਿਵੇਂ ਇੱਕ ਬੰਦਾ ਪਾਕਿਸਤਾਨ ਚ ਖਬਰ ਆਈ ਮਾਰਿਆ ਗਿਆ ਕੀ ਨਾਮ ਸੀ ਉਹਦਾ ਰਿੰਦਾ ਰਿੰਦਾ ਪਰ ਉਦੋਂ ਬਾਅਦ ਇੱਕਦਮ ਹੀ ਜੋ ਏਜੰਸੀਆਂ ਦੇ ਕੋਲ ਸੋਰਸਸ ਨੇ ਉਹ ਇੱਕਦਮ ਜਰਮਨੀ ਤੋਂ ਉਹਦਾ ਰੀਪਲੇਸਮੈਂਟ ਉਹਨਾਂ ਨੇ ਕਰ ਵੀ ਦਿੱਤੀ ਇਹ ਮਰਿਆ ਤੇ ਉਦੋਂ ਬਾਅਦ ਜਰਮਨੀ ਤੋਂ ਉਹਦੇ ਬਰਾਬਰ ਲਿਆ ਕੇ ਬੰਦਾ ਖੜਾ ਵੀ ਕਰਤਾ ਪਾਕਿਸਤਾਨ ਨੇ ਜਿਹੜਾ ਜਿਨੇ ਕੀ ਹੁਣ ਕਮਾਂਡ ਸੰਭੀ ਆ ਇਸ ਕਰਕੇ ਇਹ ਬਹੁਤ ਜ਼ਰੂਰੀ ਸੀ ਇਹ ਰਵਨੀਤ ਸਿੰਘ ਬਿੱਟੂ ਮੁੱਦਾ ਚੱਕਿਆ ਮੂਸੇਵਾਲੇ ਦਾ ਤੇ ਮੰਗ ਕੀਤੀ ਹੈ ਕਿ ਇਨਸਾਫ ਛੇਤੀ ਛੇਤੀ ਮਿਲੇ ਦਿੱਲੀ ਤੋਂ ਕੈਮਰਾਮੈਨ ਆਦਿਤਿਆ ਨਾਲ ਨਿਤਿਨ ਦਿਮਾਨ ਐਮੈਚ ਬਣਨੀ ਹੈ